ਕੀ ਕਹਿੰਦੇ ਅਖਬਾਰ ਵੋਟਾਂ ਕਿੱਧਰ ਨੂੰ ਜਾ ਰਹੀਆਂ ਵੀ ਕੋਈ ਪਤਾ ਨਹੀਂ ਮੁਕਾਬਲਾ ਪੂਰਾ ਇਹਨਾਂ ਦੇ ਵਿੱਚ ਆਪਸੀ ਹੈ ਜਿਹੜੇ 92 ਬੰਦੇ ਹੈਗੇ ਆ ਅੱਜ ਤੱਕ 92 ਬੰਦੇ ਆਏ ਆ ਉਹਨਾਂ ਚੋਂ ਉਹਨਾਂ ਨੂੰ ਕੈਂਡੀਡੇਟ ਕੋਈ ਨਹੀਂ ਮਿਲਿਆ ਵੋਟਰ ਦੇ ਬਟਨ ਨਾ ਪਾਇਆ ਉਹਨਾਂ ਨੇ ਉਹਦੇ ਪਤਾ ਲੱਗਣਾ ਕਿੱਧਰ ਵੋਟ ਪਾਣੀ ਇੱਥੇ ਦਾ ਆਮ ਆਦਮੀ ਪਾਰਟੀ ਵੱਲ ਜ਼ਿਆਦਾ ਮਾਹੌਲ ਆ ਜੀ ਪਹਿਲਾਂ ਬੀਬੀ ਜਿੱਤ ਗਿਆ ਆਮ ਆਦਮੀ ਪਾਰਟੀ ਦੇ ਤੂੰ ਉਹ ਤਾਂ ਬੀਬੀ ਜਿੱਤ ਗਈ ਹੈ ਜੀ ਗਲਤੀ 'ਚ ਲੋਕਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਸਤੇ ਇਹਨਾਂ ਨੇ ਅੰਮ੍ਰਿਤਪਾਲ ਦਾ ਕਾਂਡ ਇੱਥੇ ਕੀ ਕਹਿੰਦੇ ਨਕੋਦਰ ਆਣ ਕੇ ਕਰਨਾ ਸੀਗਾ ਸਿਸਟਮ ਦਾ ਅਗਰ ਇਹਨਾਂ ਨਾਲੋਂ ਤਾਂ ਪਹਿਲਾਂ ਨਾਲ ਸੁਧਰ ਗਿਆ ਥੋੜ੍ਹਾ ਜਿਹਾ ਜਿਹੜੇ ਜਿਹੜੇ ਕੰਮ ਕਰਨਗੇ ਜਨਾਬ ਵੋਟਾਂ ਪਾਉਣ ਉਹਨਾਂ ਨੂੰ ਵੋਟਾਂ ਪੈਣਗੀਆਂ ਆਪੇ ਇੱਕ ਸਾਲ 'ਚ ਕੰਮ ਹੋਇਆ ਕਿ ਨਹੀਂ ਅਜੇ ਕੰਮ ਚਲੋ ਹਜੇ ਤਾਂ ਵਧੀਆ ਹੋ ਰਹੇ ਆ ਰਿੰਕੂ ਸਾਹਿਬ ਦੇ ਉਹਨੂੰ ਕੀ ਕਹਿ ਸਕਦੇ ਜੀ ਹੁਣ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਨਵੇਂ ਪਤਵੰਤੇ ਆਏ ਆ ਅਤੇ ਹੁਣ ਉਹ ਤਾਂ ਉਹ ਆਪ ਵੀ ਜਾਣਦੇ ਆ ਅਤੇ ਜਨਤਾ ਵੀ ਜਾਣਦੀ ਹੈ ਬਾਰੇ ਹਲੇ ਕੋਈ ਨੌਲੇਜ ਨਹੀਂ ਗਿਆ ਨਾ ਹੀ ਆਪਾਂ ਨੂੰ ਕੋਈ ਪਤਾ ਵਾ ਕੌਣ ਖੜਾ ਵਾ ਪਤਾ ਤਾਂ ਤੁਹਾਨੂੰ ਮਤਲਬ ਨਾ ਸਾਨੂੰ ਕੁਛ ਨਹੀਂ ਪਤਾ ਜੀ ਹਜੇ ਕੁਛ ਨਹੀਂ ਪਤਾ ਬਸ ਖੁਦ ਸੀਐਮ ਖੁਦ ਆਪ ਉਹ ਸਹੀ ਹੈ ਅਸੀਂ ਗੱਲ ਨਹੀਂ ਉਹ ਮੰਨਦਾ ਸਾਫ ਆ ਜੋ ਕਰਦਾ ਠੀਕ ਪਰ ਮਜ਼ਬੂਰੀਆਂ ਬਹੁਤ ਹੈ ਹੁਣ ਕੀ ਬੰਦਾ ਕਰੂਗਾ ਪੰਜਾਬੀ ਨਿਊਜ਼ ਕਾਰਨਰ 'ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਚੋਣ ਦੇ ਲਈ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਬਣਾਇਆ ਅਤੇ ਨਕੋਦਰ ਹਲਕੇ ਦੇ ਵਿੱਚ ਅਸੀਂ ਪਹੁੰਚੇ ਹਾਂ ਨਕੋਦਰ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਹੋਏ ਨੇ ਇਸ ਤੋਂ ਪਹਿਲਾਂ ਬੀਬੀ ਇੰਦਰਜੀਤ ਕੌਰ ਮਾਨ ਉਹਨਾਂ ਦੇ ਹਲਕੇ ਵਿੱਚੋਂ ਲੋਕਾਂ ਤੋਂ ਜਾਣਾਂਗੇ ਕਿ ਇੱਥੋਂ ਦੇ ਲੋਕ ਕੀ ਸੋਚਦੇ ਆ ਕਿ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਇੱਥੋਂ MP ਚੋਣ ਜਿੱਤ ਸਕਦੇ ਆ ਜਾਂ ਫਿਰ ਹੋਰ ਪਾਰਟੀ ਨੂੰ ਲੋਕ ਮੌਕਾ ਦੇਣਾ ਚਾਹੁੰਦੇ ਆ ਕਿਹੜੀ ਪਾਰਟੀ ਦਾ ਮਾਹੌਲ ਨਕੋਦਰ ਦੇ ਵਿੱਚ ਹੈ ਆਓ ਲੋਕਾਂ ਤੋਂ ਜਾਣਦੇ ਹਾਂ ਕੀ ਕਹਿੰਦੇ ਅਖਬਾਰ ਵੋਟਾਂ ਕਿੱਧਰ ਨੂੰ ਜਾ ਰਹੀਆਂ ਵੀ ਕੋਈ ਪਤਾ ਨਹੀਂ ਮੁਕਾਬਲਾ ਪੂਰਾ ਇਹਨਾਂ ਦੇ ਵਿੱਚ ਆਪਸੀ ਆ ਕਿਹਦਾ ਕਿਹਦਾ ਮੁਕਾਬਲਾ ਸਾਰਿਆਂ 'ਚ BJP ਦਾ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਅੱਛਾ ਇਹਨਾਂ 'ਚ ਆਪਸੀ ਮੁਕਾਬਲਾ ਬਹੁਤ ਸਖਤ ਹੈ ਇਸ ਵੇਲੇ ਸਰਕਾਰ ਆਪਦੀ ਹੈ ਇੱਕ ਪਾਸੇ ਜਾ ਨਹੀਂ ਰਿਹਾ ਮੁਕਾਬਲਾ ਦੇਖੋ ਸਰਕਾਰ ਜਿਹਦੀ ਹੁੰਦੀ ਉਹਨੂੰ ਬੈਨੀਫਿਟ ਤਾਂ ਮਿਲਦਾ ਹੈ ਔਰ ਮਿਲਣਾ ਵੀ ਚਾਹੀਦਾ ਉਹਨੂੰ ਦੇਖੋ ਬਾਕੀ ਅੱਗੇ ਦੇਖੋ ਬਾਕੀ ਕੈਂਡੀਡੇਟ ਕਾਂਗਰਸ ਦੇ ਵੱਲੋਂ ਜਿਹੜੇ ਉਹਨਾਂ ਦੇ ਪਤਨੀ ਖੜੇ ਕੀਤੇ ਆ ਸੰਤੋਖ ਚੌਧਰੀ ਦੇ ਉਹਨਾਂ ਦਾ ਹੋਲਡ ਹੈ ਇੱਥੇ ਦੇਖੋ ਲੋਕਲ ਇਲੈਕਸ਼ਨ ਆ ਉੱਪਰ ਲੈਵਲ ਦਾ ਜਲੰਧਰ ਤੱਕ ਹੀ ਰੌਲਾ ਜ਼ਿਆਦਾ ਆ ਬਾਕੀ ਤਾਂ ਰੌਲਾ ਵੀ ਐਡਾ ਹੈ ਨਹੀਂ ਕਿਤੇ ਖਾਸ ਅੱਛਾ ਆ ਇਲਾਕਿਆਂ 'ਚ ਹੈ ਇਹਨਾਂ ਇਲਾਕਿਆਂ 'ਚ ਕੋਈ ਐਡੀ ਗੱਲ ਨਹੀਂ ਹੈਗੀ ਇੱਥੋਂ ਆਮ ਆਦਮੀ ਪਾਰਟੀ ਜਿੱਤੀ ਨਾ ਪਿਛਲੀ ਵਾਰ 2022 'ਚ ਹਾਂ ਅਤੇ ਉਹਦਾ ਅਸਰ ਸੇਵ ਤਾਂ ਹੈਗਾ ਆ ਬਿਲਕੁਲ ਅੱਛਾ ਫਰਕ ਤਾਂ ਪਊਗਾ ਜੀ ਕੰਮ ਕਾਰ ਕਰਦੇ ਬੀਬੀ ਜੀ ਕੰਮ ਕਰਦੇ ਆ ਜੀ ਅੱਛਾ ਹਾਂ ਠੀਕ ਹੈ ਬਿਲਕੁਲ ਕਰਦੇ ਕੰਮ ਕੀ ਬਣਦਾ ਵੋਟਾਂ ਦਾ ਇੱਥੇ ਕੋਈ ਪਤਾ ਨਹੀਂ ਦਫ਼ਤਰ ਹੋਵਾ ਆਪਾਂ ਨੂੰ ਇਹਦੇ ਬਾਰੇ ਨਹੀਂ ਪਤਾ ਮੈਂ ਇੰਪੋਰਟੈਂਟ ਆ ਆਮ ਲੋਕਾਂ ਨੂੰ ਕੀ ਲੱਗਦਾ ਕੁਛ ਨਹੀਂ ਇੱਦਾਂ ਪਤਾ ਨਹੀਂ ਲੱਗਦਾ ਹਜੇ ਪਹਿਲਾਂ ਇੱਥੋਂ ਬੀਬੀ ਜਿੱਤ ਗਏ ਸੀ ਆਮ ਆਦਮੀ ਪਾਰਟੀ ਹਾਂ ਜੀ ਹਾਂ ਜੀ ਇੰਦਰਜੀਤ ਕੌਰ ਜਿੱਤ ਗਏ ਸੀਗੇ ਇੱਕ ਵੀ ਇਹਦੀ ਉਮੀਦ ਹੋਊਗੀ ਬਣੀ ਰਿੰਕੂ ਜਿਹੜੇ ਸ਼ਾਮਿਲ ਹੋਏ ਨਵੇਂ ਹਾਂ ਉਹ ਵੀ ਪਹਿਲਾਂ ਜਲੰਧਰ ਜਿੱਤੇ ਸੀ ਕਰੇ ਹੁਣ ਵੀ ਸ਼ਾਇਦ ਜਿੱਤੂਗਾ ਲੱਗਦਾ ਹਾਂ ਲੱਗਦਾ ਤੇ ਜ਼ਿਆਦਾ ਕਾਂਗਰਸ ਦਾ ਜ਼ੋਰ ਹੈਗਾ ਆ ਕਾਂਗਰਸ ਨੂੰ ਰਿੰਕੂ ਪਹਿਲਾਂ ਕਾਂਗਰਸ ਹੀ ਸੀ ਪੁਰਾਣੇ ਰਿੰਕੂ ਪਹਿਲਾਂ ਕਾਂਗਰਸ ਉਹਦੇ ਵਿੱਚ ਬਦਲ ਕੇ ਗਿਆ ਜੀ ਅੱਛਾ ਇਹ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਗਿਆ ਉਹ ਜਦੋਂ ਗਿਆ ਦੇ ਨਾਲ ਹੀ ਉਹਨੂੰ ਸੀਟ ਦੇ ਦਿੱਤੀ ਹੈ ਜੀ ਜਿਹੜੇ 92 ਬੰਦੇ ਹੈਗੇ ਆ ਅੱਜ ਤੱਕ 92 ਬੰਦੇ ਆਏ ਆ ਉਹਨਾਂ 'ਚੋਂ ਉਹਨਾਂ ਨੂੰ ਕੈਂਡੀਡੇਟ ਕੋਈ ਨਹੀਂ ਮਿਲਿਆ ਸਿਆਸਤ ਅਸੀਂ ਬਦਲਤੀ ਪੰਜਾਬ 'ਚ ਨਹੀਂ ਬਦਲ ਤਾਂ ਦਿੱਤੀ ਆ ਪਰ ਬਦਲ ਕਾਹਦੇ ਦਿੱਤੀ ਆ ਜੀ ਜ਼ਿਆਦਾ ਅੱਜ ਤੋਂ 1947 ਤੋਂ ਪਹਿਲਾਂ ਦੇਖੋ ਕਿੰਨਾ ਉਹਨਾਂ ਨੇ ਕਾਂਗਰਸ ਨੇ ਸੁਧਾਰ ਕੀਤਾ ਹੈਗਾ ਸੰਤੋਖ ਚੌਧਰੀ MPC ਕੰਮਕਾਰ ਹੋਏ ਪਹਿਲਾਂ ਇਲਾਕੇ 'ਚ ਨਹੀਂ ਕੋਈ ਨਹੀਂ ਹੋਇਆ ਜੀ ਹੁਣ ਸੰਤੋਖ ਚੌਧਰੀ ਪਤਨੀ ਕਾਂਗਰਸ ਵੱਲੋਂ ਟਿਕਟ ਤੇ ਲੱਗਦਾ ਹਾਂ ਉਹ ਹਾਂ ਉਹਨਾਂ ਦਾ ਹੈ ਇੱਥੇ ਪ੍ਰਭਾਵ ਬਹੁਤ ਹੋਲਡ ਹੈ ਜੀ ਉਹਨਾਂ ਦਾ ਅੱਛਾ ਉਮੀਦ ਹੈ ਕਿ ਉਹ ਮੁਕਾਬਲਾ ਕਿਹਦਾ ਮੁਕਾਬਲਾ ਆਪ ਤੇ ਇਹਦੇ ਵਿੱਚ ਹੀ ਹੈ ਜੀ ਅੱਛਾ ਕਾਂਗਰਸ ਤੇ ਆਪ ਦੇ ਵਿੱਚ ਵੋਟਾਂ ਬਾਰੇ ਪੁੱਛ ਰਹੇ ਨਕੋਦਰ ਹਲਕੇ 'ਚ ਕੌਣ ਅੱਗੇ ਜਾ ਰਿਹਾ ਨੌਲੇਜ ਹੀ ਨਹੀਂ ਆਪਾਂ ਰੱਖਦੇ ਨਹੀਂ ਨੌਲੇਜ ਵੋਟਾਂ ਦੀ ਵੋਟਾਂ ਦਾ ਕੀ ਮਾਹੌਲ ਚੱਲ ਰਿਹਾ ਇੱਥੇ ਮਾਹੌਲ ਵਧੀਆ ਬਾਈ ਕਿਹਦਾ ਜ਼ੋਰ ਜ਼ਿਆਦਾ ਹੈ ਇੱਥੇ ਇਹਨਾਂ ਦਾ ਪਤਾ ਨਹੀਂ ਬਾਈ ਇਲੈਕਸ਼ਨ ਦਾ ਨਹੀਂ ਪਤਾ ਅੱਛਾ ਆਪਣਾ ਇਹਦੇ ਬਾਰੇ ਕੋਈ ਇੰਟਰਸਟ ਨਹੀਂ ਹੈਗਾ ਵੋਟਾਂ ਦਾ ਲੋਕ ਕੀ ਕਹਿੰਦੇ ਆਲੇ ਦੁਆਲੇ ਲੋਕ ਤੁਹਾਨੂੰ ਪਤਾ ਹੀ ਆ ਵੋਟਾਂ ਬਾਰੇ ਉਹਨਾਂ ਵੋਟਰ ਜਦੋਂ ਬਟਨ ਨਾ ਪਾਇਆ ਉਹਨਾਂ ਨੇ ਉਦੋਂ ਤੇ ਪਤਾ ਲੱਗਣਾ ਕਿੱਧਰ ਵੋਟ ਪਾਣੀ ਮਾਹੌਲ ਹੈ ਨਹੀਂ ਕਿਸੇ ਪਾਰਟੀ ਦਾ ਕਿਸੇ ਦਾ ਕੋਈ ਮਾਹੌਲ ਨਹੀਂ ਹੈ ਹਲੇ ਸਰਕਾਰ ਵਾਲੀ ਦਾ ਵੀ ਨਹੀਂ ਔਖਾ ਯਾਰ ਹੈ ਸੀਟ ਤਾਂ ਕਾਂਗਰਸ ਦੀ ਲੱਗਦੀ ਅੱਛਾ ਪੁਰਾਣੇ ਬੰਦੇ ਉਹ ਉੱਥੇ ਸੰਤੋਖ ਚੌਧਰੀ MP ਰਹੇ ਪਹਿਲਾਂ ਹਾਂਜੀ ਹਾਂਜੀ ਅੱਛਾ ਉਹਨਾਂ ਦਾ ਅਸਰ ਜ਼ਿਆਦਾ ਹੈ ਬਿਲਕੁਲ ਵੋਟਾਂ ਜਿਹੜੀਆਂ ਜੀ ਆ ਲੋਕ ਸਭਾ ਦੀਆਂ ਪੈਣੀਆਂ ਹੁਣ ਇਸ ਤਰ੍ਹਾਂ ਜੀ ਕੋਈ ਕਿਸੇ ਵੱਲ ਕੋਈ ਕਿਸੇ ਪਾਰਟੀ ਵੱਲ ਕੋਈ ਕਿਸੇ ਪਾਰਟੀ ਵੱਲ ਆਪੋ ਆਪਣੇ
ਨਾ ਮੈਂ ਤੇ ਜਿੱਦਾਂ ਉਹਨਾਂ ਦੇ ਗੁਣ ਗਾਈ ਜਾ ਰਹੇ ਆ। ਇੱਥੇ ਦਾ ਆਮ ਆਦਮੀ ਪਾਰਟੀ ਵੱਲ ਜ਼ਿਆਦਾ ਮਾਹੌਲ ਆ ਜੀ। ਅੱਛਾ ਹਾਂਜੀ ਰਿੰਕੂ ਸੁਸ਼ੀਲ ਰਿੰਕੂ ਖੜੇ ਆ ਨਾ ਆਮ ਆਦਮੀ ਪਾਰਟੀ ਵੱਲੋਂ ਇੱਥੇ। ਹਾਂਜੀ ਹਾਂਜੀ ਜਲੰਧਰ ਦੇ ਲੋਕ ਸਭਾ ਦੇ ਵਾਲੇ ਸੁਸ਼ੀਲ ਰਿੰਕੂ ਜੀ ਖੜੇ ਆ ਉਹ। ਅੱਛੇ ਬੰਦੇ ਵੀ ਅੱਛੇ ਆ ਉਹ। ਠੀਕ ਹੈ ਠੀਕ ਹੈ ਮਿਲਣ ਸਾਰਾ ਲੋਕਾਂ ਦਾ ਅਸਰ ਸੁੱਖ ਵਧੀਆ ਉਹਨਾਂ ਦਾ ਜਲੰਧਰ ਦੇ ਵਿੱਚ। ਇੱਥੇ ਦੀ ਨੁਮਾਇੰਦਾ ਵੀ ਬੀਬੀ ਇੰਦਰਜੀਤ ਕੌਰ ਇਹਨਾਂ ਦਾ ਵੈਸੇ ਸ਼ੁਕਰ ਕਰਾਉਂਦੇ। ਹਾਂਜੀ ਹਾਂਜੀ ਕਰਾਉਂਦੇ ਆ ਸੁਣਦੇ ਆ ਲੋਕਾਂ ਦੀ। ਠੀਕ ਹੈ ਠੀਕ ਹੈ ਜੀ ਹਾਂਜੀ ਉਹਨਾਂ ਦੇ ਇਹਦੇ ਹਵਾ ਜ਼ਿਆਦਾ ਬਣੀ ਸਾਡੇ ਏਰੀਏ ਤੋਂ ਕੋਤਲ ਜੀ। ਅੱਛਾ ਹਾਂਜੀ ਜਿੱਤ ਸਕਦੀ ਆਪ? ਹਾਂਜੀ ਜਿੱਤ ਸਕਦੇ ਆ ਕਰਦੇ ਹੌਲੀ ਹੌਲੀ ਕੰਮ ਜਿੱਦਾਂ ਜਿੱਦਾਂ ਕਿਹਾ ਉਹਨਾਂ ਨੇ ਆਪਣਾ ਕੰਮ ਕਰਦੇ ਆ ਹੁਣ। ਕੁਛ ਟਾਈਮ ਲੱਗਦਾ ਜੀ ਦੇਖੋ ਜੀ ਕੰਮ ਜ਼ਿਆਦਾ ਵਿਗੜਿਆ ਬਿਮਾਰੀ ਵੀ ਕੁਛ ਟਾਈਮ ਲੱਗਦਾ। ਇੱਕ ਸਾਲ ਹੋ ਗਿਆ ਖੁਸ਼ ਹੋ ਸਰਕਾਰ ਤੋਂ? ਹਾਂਜੀ ਖੁਸ਼ ਆ ਠੀਕ ਆ ਠੀਕ ਆ ਬਿੱਲ ਮਾਫ਼ ਕੀਤੇ ਸਾਡੇ ਕਦੀ ਕਿਸੇ ਨੇ ਕੀਤੇ ਹੀ ਨਹੀਂ ਸੀ ਸਾਨੂੰ ਇੰਨਾ ਹੀ ਸੀ ਜੀਰੋ ਬਿੱਲ ਆਉਂਦਾ। ਹਾਂਜੀ ਹਾਂਜੀ ਜੀਰੋ ਜੀ। ਵੋਟਾਂ ਦਾ ਕੀ ਚੱਲ ਰਿਹਾ ਮਾਹੌਲ ਇੱਥੇ ਜੀ? ਵਧੀਆ ਮਾਹੌਲ ਚੱਲਦਾ ਭਾਈ। ਕਿਹੜੀ ਪਾਰਟੀ ਅੱਗੇ ਆ ਕਿਹੜੀ ਪਿੱਛੇ? ਸਾਰੇ ਬਰਾਬਰ ਹੀ ਆ ਜੀ ਸਾਰੇ ਬਰਾਬਰ ਸਾਰੇ ਜਿੱਤੇ ਹੋਏ ਆ ਜੀ। ਜਦੋਂ ਵੋਟਾਂ ਤੋਂ ਬਾਅਦ ਪਤਾ ਲੱਗੂ ਇਹ ਕੌਣ ਆ ਜੀ ਸਾਰੇ ਜਿੱਤੇ ਹੋਏ ਆ ਜੀ। ਹੁਣ ਨਹੀਂ ਪਤਾ ਲੱਗਦਾ? ਹੁਣ ਨਹੀਂ ਪਤਾ ਇੱਦਾਂ ਨਹੀਂ ਲੱਗਦਾ। ਪਹਿਲਾਂ ਬੀਬੀ ਜਿੱਤ ਗਿਆ ਆਮ ਆਦਮੀ ਪਾਰਟੀ ਦੇ ਇੱਥੋਂ? ਉਹ ਤਾਂ ਬੀਬੀ ਜਿੱਤ ਗਈ ਹੈ ਜੀ ਉਹ ਗਲਤੀ 'ਚ ਲੋਕਾਂ ਦੇ ਵਧੀਆ ਸਗੋਂ ਵਧੀਆ ਬੀਬੀ ਸਾਡੇ ਨਾਲ ਨਕੋਦਰ ਦੀ ਸਾਡਾ ਹਰ ਕੰਮ ਹੁੰਦਾ ਉਹਦੇ ਨਾਲ ਸਾਡੇ ਵਿੱਚ ਜਦੋਂ ਮਰਜ਼ੀ ਜਾਓ ਆ ਜਾਂਦੇ ਉਸ ਵੇਲੇ ਆ ਜਾਂਦੇ। ਬੀਬੀ ਐਮ ਪੀ ਸੰਤੋਖ ਚੌਧਰੀ ਸੀ ਉਹ ਕਰਦੇ ਸੀ ਕੰਮ? ਉਹ ਘੱਟ ਹੀ ਹੁੰਦੇ ਸੀ ਨਕੋਦਰ ਨੂੰ ਜਾਂਦੇ ਹੀ ਹੁੰਦੇ ਸੀ ਜ਼ਿਆਦਾ। ਅੱਛਾ ਹੁਣ ਉਹਨਾਂ ਦੀ ਪਤਨੀ ਚੋਣ ਲੜ ਰਹੇ ਆ ਦੇਖੋ ਹੁਣ ਪਤਾ ਗਾਂ ਆਏਗੇ ਤਾਂ ਪਤਾ ਲੱਗੇਗਾ ਕਿਸ ਤਰ੍ਹਾਂ ਹੈ ਜੀ। ਮੁਕਾਬਲਾ ਕਿਹਦਾ ਸਖਤ? ਸਖਤ ਤਿੰਨਾਂ ਦਾ ਜੀ। ਕਿਹੜੇ ਕਿਹੜੇ? ਆਮ ਬੀ ਜੇ ਪੀ ਕਾਂਗਰਸ। ਅੱਛਾ ਅਕਾਲੀ ਹੈ? ਅਕਾਲੀ ਅਕਾਲੀ ਘੱਟ ਇੱਕ ਪਾਸਰ ਤਾਂ ਨਹੀਂ ਅਜੇ ਸਰਕਾਰ ਵੱਲ ਤਾਂ ਨਹੀਂ ਪੂਰਾ? ਹਾਂਜੀ ਸਰਕਾਰ ਵੱਲ ਹੈ ਪੂਰਾ ਜਾਂ ਮੁਕਾਬਲਾ? ਕੁਛ ਨਹੀਂ ਗਿਆ ਮੁਕਾਬਲਾ ਦੇਖੋ ਕੀ ਹੁਣ 10 ਮਹੀਨੇ ਨੂੰ ਪਤਾ ਲੱਗੂਗਾ। 10 ਮਹੀਨੇ ਨੂੰ ਪਤਾ ਲੱਗੂਗਾ ਉਦੋਂ ਪਹਿਲਾਂ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ। ਨਹੀਂ ਨਹੀਂ ਉਹ ਤਾਂ ਗੈਸ ਲੱਗਦੇ ਆ ਜੀ ਉਹ ਤਾਂ ਗੈਸ ਕਿਹੜੇ ਲਾਓਗੇ? ਗੈਸ ਚੋ ਕਹਿੰਦਾ ਮੈਂ ਵੀ ਜਿੱਤਿਆ ਉਹ ਵੀ ਕਹਿੰਦਾ ਮੈਂ ਜਿੱਤਿਆ ਤੁਸੀਂ ਕੀ ਕਹਿੰਦੇ? ਓਏ ਸਰ ਜਿਹੜਾ ਜਿੱਤ ਗਿਆ ਸਾਡੇ ਤੋਂ ਇੱਕੋ ਹੀ ਆਪਾਂ ਕਿਹੜੇ ਕੋਈ ਲੀਡਰ ਬਣਾ ਕਰ ਲੈਣਾ ਨਾ। ਵੋਟਾਂ ਭਾਜੀ ਕੀ ਕਹਿੰਦੇ ਮਾਹੌਲ ਤਾਂ ਬਹੁਤ ਵਧੀਆ ਵਾ। ਸਰਕਾਰ ਆਪਣੇ ਆਪ ਨੂੰ ਕਹਿੰਦੀ ਅਸੀਂ ਕੰਮ ਬਹੁਤ ਕੀਤੇ ਆ ਪਰ ਸਾਡੇ ਨਕੋਦਰ ਦੇ ਵਿੱਚ ਤਾਂ ਤੁਸੀਂ ਹਾਲ ਦੇਖ ਹੀ ਲਿਆ ਹੋਣਾ ਫਿਰ ਕੇ ਐਮ ਐਲ ਏ ਬੀਬੀ ਜੀ ਇੱਥੋਂ ਬੀਬੀ ਤਾਂਹੀਓ ਆਪਾਂ ਕਹਿੰਦੇ ਹਾਂ ਵੀ ਐਮ ਐਲ ਏ ਬੀਬੀ ਨੇ ਬਹੁਤ ਵਧੀਆ ਕੰਮ ਕੀਤੇ ਆ ਨਕੋਦਰ ਦੇ ਵਿੱਚ ਜਿਹੜੀਆਂ ਸੜਕਾਂ ਜਿਹੜੀਆਂ ਬਣੀਆਂ ਬਣਾਈਆਂ ਜਿਹੜੀਆਂ ਨਾ ਪੁੱਟ ਕੇ ਰੱਖ ਦਿੱਤੀਆਂ। ਅੱਛਾ ਅਤੇ ਥੋੜ੍ਹਾ ਜਿਹਾ ਮੀਂਹ ਪੈਂਦਾ ਵਾ ਸਾਡੇ ਮਾਰਕੀਟ ਦੇ ਵਿੱਚ ਉੱਥੇ ਮੂਹਰੇ ਪਾਣੀ ਖੜ੍ਹਾ ਹੋ ਜਾਂਦਾ ਹਾਲੇ ਵੀ ਤੁਸੀਂ ਦੇਖ ਲਓ ਬੇਸ਼ੱਕ ਪਾਣੀ ਉੱਥੇ ਖੜ੍ਹਾ ਹੀ ਆ। ਇਹ ਜਿਹੜੀ ਆ ਨਕੋਦਰ ਦੇ ਐਮ ਐਲ ਏ ਨੇ ਕਹਿੰਦੀ ਮੈਂ ਵਿਕਾਸ ਬਹੁਤ ਕਰਾਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਵਿਕਾਸ ਹੋਇਆ ਕਿੱਥੋਂ ਆ। ਹਜੇ ਤਾਂ ਉਹ ਕਹਿੰਦੇ ਇੱਕ ਸਾਲ ਹੀ ਹੋਇਆ 4 ਸਾਲ ਪਏ ਆ। ਉਹ 4 ਸਾਲ ਤਾਂ ਭਾਜੀ ਕੀ ਕਹਿੰਦੇ ਉਹ ਤਾਂ ਕਹਿੰਦੇ ਸੀ ਅਸੀਂ ਅੱਡਾ ਵੀ ਬਣਾਵਾਂਗੇ ਅੱਡਾ ਕੀ ਕਹਿੰਦੇ ਪੈਸੇ ਵੀ ਆ ਗਏ ਹਾਲੇ ਤੱਕ ਤਾਂ ਸਾਨੂੰ ਬਣਿਆ ਦਿਸਿਆ ਨਹੀਂ। ਅੱਛਾ ਐਮ ਪੀ ਦੀ ਚੋਣ ਹੁਣ ਕਿੱਧਰ ਨੂੰ ਜਾਂਦੀ ਲੱਗਦੀ ਹੈ? ਐਮ ਪੀ ਦੀ ਭਾਜੀ ਮੇਰੇ ਹਿਸਾਬ ਨਾਲ ਤਾਂ ਸੰਗਰੂਰ ਵਾਲਾ ਹੀ ਹਾਲ ਹੋਊਗਾ। ਅੱਛਾ ਹਾਂਜੀ ਠੀਕ ਹੈ। ਜ਼ਿਆਦਾ ਜ਼ੋਰ ਕਿਹਦਾ ਇੱਥੇ? ਜ਼ੋਰ ਤਾਂ ਭਾਜੀ ਸਾਰਿਆਂ ਨੇ ਲਾਉਣਾ ਹੀ ਆ ਹੁਣ ਦਲ ਬਦਲੂ ਵੀ ਕੀ ਕਹਿੰਦੇ ਬਹੁਤ ਹੁੰਦੇ ਪਏ ਆ ਹੁਣੇ ਆ। ਠੀਕ ਹੈ ਪਰ ਲੋਕਾਂ ਦਾ ਆਪਣਾ ਮਨ ਬਣਿਆ ਹੋਇਆ ਵਾ। ਅੱਛਾ ਸਰਕਾਰ ਨੇ ਵਾਅਦੇ ਤਾਂ ਬਹੁਤ ਵੱਡੇ ਵੱਡੇ ਕੀਤੇ ਸੀ ਵਾਅਦੇ ਬਹੁਤ ਜਿਹੜੇ ਨਾ ਲਿਖ ਕੇ ਗਰੰਟੀਆਂ ਦਿੱਤੀਆਂ ਸੀਗੀਆਂ। ਠੀਕ ਹੈ ਉਹਨਾਂ ਵਿੱਚ ਜਿਹੜਾ ਆਪਣੀਆਂ ਸਾਡੀਆਂ ਮਾਤਾ ਭੈਣਾਂ ਨੂੰ ਕਿਹਾ ਸੀਗਾ ਵੀ ਅਸੀਂ 18 ਸਾਲ ਦੀ ਉਮਰ ਤੋਂ ਲੈ ਕੇ ਉੱਪਰ ਤੱਕ ਦੇਵਾਂਗੇ ਵੀ 1,000 ਰੁਪਇਆ ਹਰ ਇੱਕ ਨੂੰ ਮਿਲੂਗਾ। ਉਹ ਮੈਨੂੰ ਤਾਂ ਪਤਾ ਨਹੀਂ ਲੱਗਾ ਵੀ ਕਿਹੜਾ 1,000 ਰੁਪਇਆ ਕਿਹੜੇ ਖਾਤੇ ਵਿੱਚ ਇਹਨਾਂ ਨੇ ਪਾਇਆ। ਉਹ ਗਰੰਟੀ ਤਾਂ ਫੁੱਲ ਦਿੱਤੀ ਸੀਗੀ। ਮੁੱਖ ਮੰਤਰੀ ਭਗਵੰਤ ਮਾਨ ਆਏ ਸੀ ਕੱਲ੍ਹ ਇੱਥੇ ਜਲੰਧਰ ਹਲਕੇ 'ਚ ਜੀ। ਉਹ ਕਹਿੰਦੇ ਵੀ ਇੱਕ ਸਾਡਾ ਜਿਹੜਾ ਬੰਦਾ ਜਿਤਾ ਦੋਗੇ ਸਾਨੂੰ ਆਕਸੀਜਨ ਮਿਲ ਜੂ ਕੰਮ ਦੁੱਗਣਾ ਕਰਾਂਗੇ। ਉਹ ਮੈਂ ਤਾਂ ਭਾਜੀ ਇਹ ਕਹਿੰਦਾ ਵਾਂ ਵੀ ਆਕਸੀਜਨ ਤਾਂ ਇਹਨਾਂ ਨੂੰ ਬਹੁਤ ਦਿੱਤੀ ਲੋਕਾਂ ਨੇ ਜਿਹੜੇ 92 MLA ਜਿਤਾ ਕੇ ਦਿੱਤੇ ਆ ਉਹ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਸਤੇ ਇਹਨਾਂ ਨੇ ਅੰਮ੍ਰਿਤਪਾਲ ਦਾ ਕਾਂਡ ਇੱਥੇ ਕੀ ਕਹਿੰਦੇ ਨਕੋਦਰ ਆਣ ਕੇ ਕਰਨਾ ਸੀਗਾ ਵੀ ਨਕੋਦਰ ਦੇ ਵਿੱਚ ਵੀ ਹੋਰ ਸਾਰੇ ਪੰਜਾਬ ਵਿੱਚ ਮਾਹੌਲ ਜਿਹੜਾ ਇਹਨਾਂ ਨੇ ਖਰਾਬ ਕਰ ਦਿੱਤਾ ਅਤੇ ਉਹ ਕੀ ਗੱਲ ਹਾਲੇ ਤੱਕ ਇੰਨੀ ਫੋਰਸ ਲਾ ਕੇ ਉਹ ਫੜਿਆ ਕਿਉਂ ਨਹੀਂ ਗਿਆ ਜੇ ਕੀ ਕਹਿੰਦੇ ਹੁਣ ਕੱਲ੍ਹ ਸੀਗਾ ਉਹਦੀ ਮਿਸੇ ਪਤਨੀ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਰੋਕਿਆ ਗਿਆ ਉਹਨੂੰ ਕਾਹਤੇ ਰੋਕਿਆ ਗਿਆ ਜਦ ਉਹਨੂੰ ਕਲੀਨ ਚਿੱਟ ਦਿੰਦੇ ਆ ਬਾਕੀ ਜਿਹੜਾ ਸਾਡਾ ਸਿੱਧੂ ਮੂਸੇਵਾਲ ਸੀਗਾ ਇਹਨਾਂ ਨੇ ਮਰਵਾਇਆ ਕਤਲ ਕਰਵਾਇਆ ਉਹਦੇ ਕਾਤਲ ਹਾਲੇ ਤੱਕ ਕਿਉਂ ਨਹੀਂ ਫੜੇ ਇੱਕ ਸਾਡਾ ਇੱਥੇ ਵਪਾਰੀ ਭਰਾ ਸੀਗਾ ਟਿੰਮੀ ਚਾਵਲਾ ਉਹਨੂੰ ਕੀ ਕਹਿੰਦੇ ਇਹਨਾਂ ਨੇ ਕੀ ਕਹਿੰਦੇ ਗੋਲੀਆਂ ਨਾਲ ਮਰਵਾ ਦਿੱਤਾ ਉਹਨੂੰ ਗਨਮੈਨ ਵੀ ਦਿੱਤੇ ਹੋਏ ਸੀਗੇ ਅਤੇ ਫਿਰ ਉਹ ਕਹਿੰਦੇ ਵੀ ਕਾਨੂੰਨ ਵਿਵਸਥਾ ਬਹੁਤ ਵਧੀਆ ਵਾ ਉਹ ਦੱਸੋ ਵੀ ਕਾਨੂੰਨ ਵਿਵਸਥਾ ਕਿੰਨੀ ਕੁ ਵਧੀਆ ਵਾ ਖੁਸ਼ ਨਹੀਂ ਸਰਕਾਰ ਤੋਂ ਆਪਾਂ ਤਾਂ ਖੁਸ਼ ਨਹੀਂ ਜੀ
ਪਹਿਲਾਂ ਚਾਹੁੰਦੇ ਸੀ ਬਦਲਾਅ ਆਵੇ? ਹਾਂ ਅਸੀਂ ਚਾਹੁੰਦੇ ਸੀਗੇ, ਮੈਂ ਵੀ ਕਹਿੰਦਾ ਸੀ ਝਾੜੂ ਝਾੜੂ ਬਹੁਤ ਲੋਕਾਂ ਨੂੰ ਸੁਣਦਾ ਸੀਗਾ, ਪਰ ਝਾੜੂ ਨੇ ਜਿਹੜਾ ਵਾ ਲੋਕਾਂ ਨੂੰ ਕੀ ਕਹਿੰਦੇ ਰੁਲਾ ਕੇ ਰੱਖ ਦਿੱਤਾ। ਇੱਦਾਂ ਤਾਂ ਆਈ ਨਹੀਂ ਸਰਕਾਰ, ਕੰਮ ਕਾਰ ਜਿਹੜੇ ਆ ਬਿਲਕੁਲ ਕੀ ਕਹਿੰਦੇ ਠੰਡੇ ਪਏ ਆ, ਕੰਮ ਕਾਰ ਵੀ ਜਿਹੜੇ ਆ ਸਾਲ ਹੋ ਗਿਆ ਵਾ ਕੋਈ ਵਢੋਤਰੀ ਨਹੀਂ ਹੋਈ। ਇਹ ਕਹਿੰਦੇ ਅਸੀਂ ਵੱਡੀਆਂ ਵੱਡੀਆਂ ਇੰਡਸਟਰੀਆਂ ਲਾਵਾਂਗੇ, ਇੰਡਸਟਰੀ ਇੱਥੇ ਕਿੱਥੇ ਲਾਈ ਆ ਮੈਨੂੰ ਇਹ ਤਾਂ ਦੱਸ ਦੇਣ। ਉਹ ਕਹਿੰਦੇ 4 ਸਾਲ ਰੁਕ ਜਾਓ ਅਸੀਂ, ਉਹ 4 ਸਾਲ ਜਦੋਂ ਕੀ ਕਹਿੰਦੇ ਬੰਦਾ ਮੁੱਕ ਜੂਗਾ ਉਦੋਂ ਕੀ ਕਹਿੰਦੇ ਕਰਨਗੇ। ਠੀਕ, ਨਿਰਾਸ਼ ਹੋ? ਅਸੀਂ ਤਾਂ ਕੀ ਕਹਿੰਦੇ ਇਹੀ ਕਹਾਂਗੇ ਲੋਕਾਂ ਨੂੰ, ਇਹ ਜਿੱਦਾਂ ਲੋਕਾਂ ਨੇ ਬਦਲਾਵ ਚਾਹਿਆ ਸੀਗਾ ਵੀ ਹਾਂ ਵੀ ਅਸੀਂ ਬਦਲਾਵ ਕਰਾਂਗੇ, ਇਹਨਾਂ ਨੇ ਲੋਕਾਂ ਦਾ ਬਦਲਾਵ ਕਰ ਦਿੱਤਾ, ਆਪਣਾ ਬਦਲਾਵ ਜਿਹੜਾ ਵਾ ਪੈਸੇ ਭਰਨ ਨੂੰ ਕਰ ਦਿੱਤਾ। ਵੋਟਾਂ ਪਾ ਕੇ ਕੀ ਕਰਨਾ ਇੱਥੇ? ਹੈ ਨਹੀਂ ਸਿਸਟਮ ਸਹੀ, ਹੈ ਨਹੀਂ ਗਾ, ਥੋੜ੍ਹਾ ਜਿਹਾ ਵਿਗੜਿਆ ਹੋਇਆ। ਨਵੀਂ ਸਰਕਾਰ ਆਈ ਹੈ, ਸਾਲ ਹੋ ਗਿਆ ਨਵੀਂ ਸਰਕਾਰ, ਹੁਣ ਹੌਲੀ ਹੌਲੀ ਪੈਰ ਉਹਨਾਂ ਦੇ ਜੰਮਣਗੇ ਤਾਂ ਕੁਛ ਕਰੋ। ਅਜੇ ਸਿਸਟਮ ਸਹੀ ਹੋਇਆ ਨਹੀਂ ਇੱਕ ਸਾਲ 'ਚ, ਸਿਸਟਮ ਤਾਂ ਅਗਲੇ ਨਾਲੋਂ ਤਾਂ ਪਹਿਲਾਂ ਨਾਲ ਸੁਧਰ ਗਿਆ ਥੋੜ੍ਹਾ ਜਿਹਾ, ਪਿਆ ਫਰਕ ਹੌਲੀ ਹੌਲੀ ਪਊਗਾ ਫਰਕ, ਬਾਕੀ ਪੁਰਾਣੀਆਂ ਸਰਕਾਰਾਂ ਨੇ ਤਾਂ ਜ਼ੋਰ ਲਾਉਣਾ ਹੀ ਆਪਣਾ। ਐਮ ਪੀ ਦੀ ਸੀਟ ਖਾਲੀ ਹੋ ਗਈ ਇੱਥੇ, ਸੰਤੋਖ ਚੌਧਰੀ ਐਮ ਪੀ ਸੀ ਪਹਿਲਾਂ, ਹੁਣ ਕੌਣ ਜਿੱਤਦਾ ਲੱਗਦਾ ਤੁਹਾਨੂੰ ਇੱਥੇ? ਇੱਦਾਂ ਨਹੀਂ ਕਹਿ ਸਕਦੇ ਭਾਅ ਜੀ ਕੁਛ, ਵੋਟਾਂ ਦਾ ਪੁੱਛ ਰਿਹਾ ਜੀ ਕੌਣ ਜਿੱਤ ਸਕਦਾ ਐਮ ਪੀ ਇੱਥੋਂ? ਜਿਹੜੇ ਕੰਮ ਕਰਨਗੇ ਜਨਾਬ ਵੋਟਾਂ ਪਾਉਣ ਉਹਨਾਂ ਨੂੰ ਵੋਟਾਂ ਪੈਣਗੀਆਂ ਆਪੇ। ਇੱਕ ਸਾਲ 'ਚ ਕੰਮ ਹੋਇਆ ਕਿ ਨਹੀਂ? ਹਜੇ ਕੰਮ ਚਲੋ ਹਜੇ ਤਾਂ ਵਧੀਆ ਹੋ ਰਹੇ ਆ, ਹੋ ਰਹੇ ਆ, ਲੋਕਾਂ ਦਾ ਵਿਸ਼ਵਾਸ ਵੱਧ ਰਿਹਾ। ਅੱਛਾ, ਹੌਲੀ ਹੌਲੀ ਦੇਖੋ ਕੀ ਹੁੰਦਾ। ਪਹਿਲਾਂ ਵਾਲੇ ਐਮ ਪੀ ਸੰਤੋਖ ਚੌਧਰੀ ਸੀ, ਉਹਨਾਂ ਨੇ ਕੀਤੇ ਸੀ ਕੰਮ? ਉਹਨਾਂ ਬਾਰੇ ਜਾਣਕਾਰੀ ਨਹੀਂ। ਹੈਲੋ, ਕਿਸੇ ਹੋਰ ਵੀ ਅਦਰ ਪਾਰਟੀ ਦਾ ਮੈਂਬਰ ਜਿੱਤ ਕੇ ਵੀ ਆਉਂਦਾ ਤੇ ਸਰਕਾਰ ਤਾਂ ਮਤਲਬ ਆਮ ਆਦਮੀ ਪਾਰਟੀ, ਅਸੀਂ ਤਾਂ ਚਾਹੁੰਦੇ ਵੀ ਸਾਡੇ ਜਲੰਧਰ ਦਾ ਮਤਲਬ ਵੀ ਕੰਮ ਹੋਣੇ ਚਾਹੀਦੇ ਆ ਹਰ ਚੀਜ਼। ਮਤਲਬ ਰਿੰਕੂ ਸਾਹਿਬ ਜਿੱਤ ਸਕਦੇ? ਰਿੰਕੂ ਸਾਹਿਬ ਦੇ ਹੁਣ ਕੀ ਕਹਿ ਸਕਦੇ ਜੀ, ਹੁਣ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਨਵੇਂ ਪਤਵੰਤੇ ਆਏ ਆ, ਅਤੇ ਹੁਣ ਉਹ ਤਾਂ ਉਹ ਆਪ ਵੀ ਜਾਣਦੇ ਆ ਅਤੇ ਜਨਤਾ ਵੀ ਜਾਣਦੀ ਹੈ। ਮੁਕਾਬਲਾ ਕਿਹਦਾ ਕਿਹਦਾ? ਮੁਕਾਬਲਾ ਤਾਂ ਸਰ ਅਸੀਂ ਕੁਛ ਕਹਿ ਨਹੀਂ ਸਕਦੇ ਜੀ, ਮੁਕਾਬਲਾ ਤਾਂ ਹੁਣ ਮੇਨ ਤਾਂ ਜੇ ਇਸ ਟਾਈਮ ਜਦੋਂ 100% ਹੀ ਮਤਲਬ ਵੀ ਪਹਿਲੇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਤਾ ਅਤੇ ਹੁਣ ਨਵੀਂ ਪਾਰਟੀ ਆਉਣ ਦਾ ਟਾਈਮ ਤਾਂ ਲੱਗੇਗਾ ਜੀ। ਅਸੀਂ ਤਾਂ ਚਾਹੁੰਦੇ ਸਿਰਫ ਆਪਣੇ ਸਾਡੇ ਕਾਰਜ ਸਿੱਧੇ ਹੋਣੇ, ਹਰ ਚੀਜ਼ ਹੋਣੀ ਚਾਹੀਦੀ, ਫੈਸਿਲਿਟੀ ਹੋਣੀ ਚਾਹੀਦੀ ਹੈ। ਪਹਿਲਾਂ ਐਮ ਪੀ ਸੰਤੋਖ ਚੌਧਰੀ ਸੀ, ਕੰਮ ਕਾਰ ਹੋਏ ਕਿ ਨਹੀਂ? ਮਤਲਬ ਹੋ ਰਹੇ ਆ, ਮਤਲਬ ਇੰਨਾ ਨਹੀਂ, ਮਤਲਬ ਆਮ ਆਦਮੀ ਬੰਦੇ ਨੂੰ ਪਾਰਟੀ ਦਾ ਹੁੰਦਾ ਵੀ ਬਿਜ਼ਨਸਮੈਨ ਤਾਂ ਹੁੰਦਾ ਵੀ ਆਪਣੇ ਕਾਰੋਬਾਰ ਸਿੱਧੇ ਹੋਣੇ ਚਾਹੀਦੇ ਆ, ਮਤਲਬ ਕੋਈ ਜਿਹੜੇ ਟੈਕਸਾਂ ਵਿੱਚ ਲੈਸ ਹੋਣੀ ਚਾਹੀਦੀ ਹੈ, ਪਰ ਕਾਰੋਬਾਰ ਅੱਜ ਕੱਲ੍ਹ ਦਿਨੋਂ ਦਿਨ ਸਭ ਥੱਲੇ ਜਾ ਰਿਹਾ, ਮਹਿੰਗਾਈ ਦਾ ਬਹੁਤ ਦੌਰ ਹੈ ਜੀ। ਠੀਕ ਹੈ, ਕੋਈ ਸਰਕਾਰ ਦੇ ਆਉਣ ਤੋਂ ਬਾਅਦ ਫਰਕ ਪਿਆ ਲੱਗਦਾ ਸਾਲ ਦੇ ਵਿੱਚ? ਫਰਕ ਤਾਂ ਸਰ ਮਹਿੰਗਾਈ ਹਜੇ ਵਧੀਆ, ਮਹਿੰਗਾਈ ਹੋਰ ਕੁਛ ਨਹੀਂ ਹੋਇਆ ਅਤੇ ਕਾਰੋਬਾਰ ਨੂੰ ਮਤਲਬ ਕੋਈ ਇੰਨਾ ਨਹੀਂ, ਇੰਨਾ ਨਹੀਂ ਮਤਲਬ ਪਾਰਟੀ ਦਾ ਜ਼ੋਰ ਲੱਗਦਾ ਇੱਥੇ। ਭਾਅ ਜੀ ਮੈਂ ਕੁਛ ਨਹੀਂ ਕਹਿ ਸਕਦਾ, ਹਰ ਇੱਕ ਦਾ ਆਪਣਾ ਆਪਣਾ ਜ਼ੋਰ ਆ, ਮੌਕੇ 'ਤੇ ਆ ਕੇ ਪਤਾ ਲੱਗੇਗਾ ਕਿਹਦਾ ਜ਼ੋਰ ਜ਼ਿਆਦਾ ਹੈ। ਸਰਕਾਰ ਦੇ ਕੰਮ ਕਾਰ ਕਿਵੇਂ ਲੱਗੇ ਇੱਕ ਸਾਲ 'ਚ? ਠੀਕ ਆ, ਠੀਕ ਆ, ਹਾਂਜੀ ਹਾਂਜੀ। ਅੱਛਾ, ਐਮ ਐਲ ਏ ਵੀ ਉਹੀ ਨੇ ਨਾ, ਆਮ ਆਦਮੀ ਪਾਰਟੀ? ਹਾਂਜੀ ਹਾਂਜੀ ਹਾਂਜੀ। ਕਰਦੇ ਕੰਮ ਕਾਰ? ਹਾਂਜੀ ਹਾਂਜੀ ਕਰਦੇ ਵੀ, ਠੀਕ ਹੈ ਭਾਅ ਜੀ, ਠੀਕ ਹੈ। ਇਹ ਤਾਂ ਕੋਈ ਪਤਾ ਨਹੀਂ ਲੱਗਦਾ ਜੀ, ਲੋਕ ਕੀ ਕਹਿੰਦੇ ਆ? ਲੋਕ ਕਾਂਗਰਸ ਨੂੰ ਕਹਿੰਦੇ ਕਈ ਤਾਂ। ਪਹਿਲਾਂ ਵਾਲੇ ਐਮ ਪੀ ਸੰਤੋਖ ਚੌਧਰੀ, ਉਹਨਾਂ ਦੀ ਪਤਨੀ ਦੁਬਾਰਾ ਜਿੱਤ ਸਕਦੇ ਆ? ਹਾਂਜੀ ਸਕਦੇ ਆ। ਅੱਛਾ, ਕਾਨੂੰਨ ਦੇ ਇਹਦੇ ਬਾਰੇ ਹਲੇ ਕੋਈ ਨੌਲੇਜ ਨਹੀਂ ਗਿਆ, ਨਾ ਹੀ ਆਪਾਂ ਨੂੰ ਕੋਈ ਪਤਾ ਵਾ ਕੌਣ ਖੜਾ ਵਾ ਹਨ। ਅੱਛਾ, ਪਤਾ ਨਹੀਂ ਲੱਗਿਆ ਇੱਕ ਸੀਟ ਦਾ ਕੀ ਫਰਕ ਪਊਗਾ ਹੈ ਨਾ। ਸਰਕਾਰ ਦੇ ਜਿੱਦਾਂ ਹੁਣ ਆਪੋਜੀਸ਼ਨ ਪਾਰਟੀ ਹੋਵੇ ਤਾਂ ਸਰਕਾਰ ਉਹਨਾਂ ਦੇ ਹੁਣ ਸਰਕਾਰ ਦੇ ਖਿਲਾਫ ਹੀ ਬੋਲਣਾ ਆਪੋਜੀਸ਼ਨ ਹੈ ਨਾ। ਵੋਟਾਂ ਬਾਰੇ ਪੁੱਛ ਰਹੇ ਜੀ, ਕੀ ਚੱਲ ਰਿਹਾ ਨਕੋਦਰ ਦਾ ਮਾਹੌਲ? ਨਕੋਦਰ ਬਾਰੇ ਹਜੇ ਕੋਈ ਇੱਦਾਂ ਦਾ ਵਿਚਾਰ ਨਹੀਂ। ਅੱਛਾ, ਕੋਈ ਅਸੀਂ ਇਹਨਾਂ ਇੰਟਰਸਟ ਨਹੀਂ ਲੈਂਦੇ। ਐਮ ਪੀ ਫਿਰ ਕੌਣ ਚਾਹੀਦਾ ਹੁਣ ਤੁਹਾਨੂੰ? ਆਪਾਂ ਨੂੰ ਵੀ ਕੋਈ ਬਣੇ ਜੀ ਜਿਹੜਾ ਕੰਮ ਕਰਾਵੇ ਸਭ ਦੇ। ਅੱਛਾ, ਸਰਕਾਰ ਦਾ 1 ਸਾਲ ਕਿਵੇਂ ਦਾ ਲਿਆ? ਇਹ ਠੀਕ ਆ ਜੀ, ਠੀਕ ਹੈ, ਵਧੀਆ। ਅੱਛਾ, ਪਹਿਲਾਂ ਨਾਲ ਫਰਕ ਲੱਗਿਆ ਕੋਈ? ਕਾਫੀ ਸੁਧਾਰ ਆ ਜੀ। ਹੈਗਾ, ਬੀਬੀ ਦਾ ਕੰਮ ਕਾਰ ਕਰਾਉਂਦੇ ਇੱਥੇ? ਬੀਬੀ ਕਰਾਈ ਜਾਂਦੇ ਜੀ। ਨਕੋਦਰ ਵਾਲ ਕੀ ਕਹਿੰਦੇ, ਕਿੱਧਰ ਨੂੰ ਜਾਂਦਾ ਮਾਹੌਲ? ਨਕੋਦਰ ਦਾ ਭਾਜੀ ਕੁਛ ਪਤਾ ਨਹੀਂ ਹੈ, ਮਾਹੌਲ ਬੋਲਦਾ ਕਿਸੇ ਪਾਸੇ ਦਾ ਨਹੀਂ ਪਤਾ ਤਾਂ ਤੁਹਾਨੂੰ ਬਿਲਕੁਲ ਨਾ, ਸਾਨੂੰ ਕੁਛ ਨਹੀਂ ਪਤਾ ਜੀ, ਹਜੇ ਕੁਛ ਨਹੀਂ ਪਤਾ। ਬੀਬੀ ਲੋਕ ਦੱਸਦੇ ਕੁਛ ਨਹੀਂ? ਨਹੀਂ ਦੱਸਦੇ, ਤੁਸੀਂ ਤਾਂ ਆਪ ਨਹੀਂ ਦੱਸਦੇ? ਅਸੀਂ ਆਪ ਦੱਸਦੇ, ਅਸੀਂ ਕਿਹਨੂੰ ਕਹਿਣਾ? ਅਸੀਂ ਕੱਟਰ ਕਾਂਗਰਸ ਸੀਗੇ, ਹੁਣ ਅਸੀਂ ਸਾਡੇ ਪਹਿਲੇ ਕੋਈ ਨਹੀਂ ਰਹਿੰਦਾ, ਉਹ ਸਵੇਰ ਨੂੰ ਕਾਂਗਰਸ ਇੱਥੇ ਹੁੰਦੀ, ਸ਼ਾਮ ਉੱਥੇ ਹੁੰਦੀ ਆ, ਉਹ ਆਪ ਆਉਣ ਵਾਲੇ ਨਾ ਵੈਰ ਮੈਂ ਇੱਦਾਂ। ਕਾਂਗਰਸ ਵਾਲਾ ਐਮ ਐਲ ਏ ਪੁਰਾਣਾ, ਉਹ ਤਾਂ ਆਪ ਚ ਆ ਗਿਆ। ਹਾਂਜੀ, ਉਹ ਤਾਂ ਉਹ ਦੱਸਦੇ ਨੇ ਚੀਜ਼ ਦੀ, ਹੁਣ ਪੈ ਰਿਹਾ ਨਹੀਂ ਕੋਈ, ਮਤਲਬ ਕੋਈ ਪਤਾ ਨਹੀਂ ਕਦੋਂ ਕੀ ਹੋਇਆ, ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ। ਅੱਛਾ, ਸਰਕਾਰ ਦਾ 1 ਸਾਲ ਕਿਵੇਂ ਦਾ ਰਿਹਾ? ਮੈਂ ਸਰਕਾਰ ਦਾ ਕਿਹਾ ਤਾਂ ਦੁਨੀਆਂ ਮੈਂ ਇੱਦਾਂ ਹੀ ਆ, ਮੈਂ ਚੰਗਾ ਵੀ ਆ ਅਤੇ ਮਾੜਾ ਵੀ ਆ। ਅੱਛਾ,
ਮੈਂ ਖੁਦ ਸੀਐਮ ਖੁਦ ਆਪ ਉਹ ਸਹੀ ਹੈ ਅਸੀਂ ਗੱਲ ਅਸੀਂ ਗੱਲ ਉਹ ਮੰਨਦਾ ਸਾਫ਼ ਆ ਜੋ ਕਰਦਾ ਠੀਕ ਪਰ ਉਹ ਮਜ਼ਬੂਰੀਆਂ ਬਹੁਤ ਹਨ ਹੁਣ ਕੀ ਬੰਦਾ ਕਰੂ ਆ ਸਿਸਟਮ ਨਹੀਂ ਸਹੀ ਮਤਲਬ ਹੈ ਸਿਸਟਮ ਸਗੋਂ ਨਹੀਂ ਮਾਨ ਸਹੀ ਨਹੀਂ ਬਾਕੀ ਲੋਕ ਕਾਰੋਬਾਰ ਕੰਮ ਕਰਦੇ ਆ ਪਰ ਜੇ ਇੱਕ ਵਾਰੀ ਜੇ ਜਮਾ ਡੰਡਾ ਚੜ੍ਹ ਜਾ ਆ ਜਾਣ ਉਹ ਮਗਰ ਅਤੇ ਫਿਰ ਕੰਮ ਹੁੰਦਾ ਰਹਿੰਦਾ ਜੇ ਨਹੀਂ ਆਇਆ ਤਾਂ ਬਸ ਠੀਕ ਆ ਚਲਾਈ ਅੱਗੇ ਉਹ ਕੰਮ ਚੱਲਦਾ ਸੀ ਅੱਛਾ ਜੋ ਅੱਗੇ ਸਿਸਟਮ ਉਹ ਹੀ ਚੱਲਦਾ ਕੋਈ ਬਦਲਾਅ ਨਹੀਂ ਆਇਆ ਫਿਰ ਬਦਲਾਅ ਵੀ ਹੁਣ ਕੀ ਕਹੀਏ ਸਾਨੂੰ ਤਾਂ ਲੱਗਦਾ ਕੋਈ ਨਹੀਂ ਠੀਕ ਹੈ ਲੋਕ ਡਰਦੇ ਆ ਗਲਤ ਕੰਮ ਕਰਨ ਤੋਂ ਵੈਸੇ ਇਹਦੀ ਗੱਲ ਕੋਈ ਐਮ ਪੀ ਦੀਆਂ ਚੋਣਾਂ 'ਚ ਕੌਣ ਅੱਗੇ ਜਾ ਰਿਹਾ ਇੱਥੇ ਐਮ ਪੀ ਸਾਡੇ ਦਾ ਐਮ ਪੀ ਦਾ ਅੱਗੇ ਕਾਂਗਰਸੀ ਹੁੰਦੇ ਸੀਗੇ ਇਸ ਵਾਰੀ ਇਸ ਵਾਰ ਕੋਈ ਪਤਾ ਨਹੀਂ ਅਜੇ ਰੋਟੀ ਬਈ ਆ ਬੀਬੀ ਜਿੱਤੂਗੀ ਅੱਛਾ ਕਾਂਗਰਸ ਵਾਲੀ ਹਾਂਜੀ ਕਰਮਜੀਤ ਕਿਨਾ ਕਰਮਜੀਤ ਕੌਰ ਹਾਂਜੀ ਦਾਦੇ ਨੂੰ ਹੋਈ ਆ ਅੱਛਾ ਉਹਦੇ ਚਾਂਸ ਹੈਗੇ ਆ ਉਹ ਚਾਂਸ ਨਾ ਉਹ ਚਾਂਸ ਦੱਸਦੇ ਆ ਕਿਉਂਕਿ ਇਹ ਬੰਦੇ ਸਾਰੇ ਹੋਣ ਆਏ ਨੇ ਨਵੇਂ ਆ ਉਹ ਪੁਰਾਣੇ ਜੀਵਨ ਦਾ ਹੋਲਡ ਆ ਕਰਤਾਰਪੁਰ ਵੀ ਠੀਕ ਹੈ ਮਾਮੁਰ ਦਾ ਅਸਰ ਪੰਜਾ ਪ੍ਰਾਂਤ ਹਾਂਜੀ ਹਾਂ ਉਹ ਇਹ ਲੋਕ ਗੱਲ ਇਹੀ ਕਰਦੇ ਆ ਬਈ ਇਹ ਗੱਲ ਨੂੰ ਵੋਟਾਂ ਬਣੀਆਂ ਫਿਰ ਪਾ ਲੱਗਣਾ ਡਿਊਟੀ ਕਰੋ ਜੀ ਸਦਕੇ ਤੁਹਾਨੂੰ ਸਭ ਪਤਾ ਹੀ ਹੈ ਲੋਕਾਂ ਦੇ ਵਿਊ ਲੋਕ ਸੱਚੀ ਗੱਲ ਮਨ ਦੱਸਦੇ ਕਿਸੇ ਕੋਈ ਨਹੀਂ ਪੰਜਾਬ ਨੂੰ ਵੀ ਪਤਾ ਲੱਗ ਜਾਂਦਾ ਵੋਟਾਂ ਦਾ ਦੇਖੋ ਜੇ ਸਮੇਂ ਤੇ ਪਤਾ ਲੱਗੂ ਹੁਣ ਮਾਹੌਲ ਕੀ ਕਹਿੰਦਾ ਹਾਲੇ ਤਾਂ ਮਾਹੌਲ ਆਪ ਵੱਲ ਹੀ ਜਾ ਰਿਹਾ ਅੱਛਾ ਅੱਗੇ ਪਤਾ ਨਹੀਂ ਮੁਕਾਬਲਾ ਲੱਗਦਾ ਕਿਸੇ ਦਾ ਕਿ ਨਹੀਂ ਮੁਕਾਬਲਾ ਕਾਂਗਰਸ ਤੇ ਆਪਣੇ ਅਕਾਲੀਆਂ ਨਾਲ ਹੀ ਆ ਤਿੰਨੇ ਪਾਰਟੀਆਂ ਦਾ ਹਾਂਜੀ ਤਿੰਨਾਂ ਪਾਰਟੀਆਂ ਦਾ ਮੁਕਾਬਲਾ ਅੱਛਾ ਅੱਗੇ ਜਾ ਰਹੀ ਆ ਆਪ ਹੈ ਹਾਂਜੀ ਆਪ ਅੱਗੇ ਜਾ ਰਹੀ ਆ ਲੋਕ ਤਾਂ ਇਹੀ ਕਹਿੰਦੇ ਆ ਜੀ ਅੱਛਾ ਆਪਾਂ ਕੀ ਕਹਿ ਦੱਸਦੇ ਹਾਂ ਦੁਕਾਨ ਤੇ ਕੰਮ ਕਰੀਦਾ ਦਿਹਾੜੀ ਪਾ ਕੇ ਚਲੇ ਜਾਈਦਾ ਠੀਕ ਹੈ ਇਹ ਸੀ ਨਕੋਦਰ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਰਾਏ ਜੋ ਅਸੀਂ ਤੁਹਾਨੂੰ ਸੁਣਾਈ ਹੈ ਇਸ ਦੇ ਵਿੱਚ ਜ਼ਿਆਦਾਤਰ ਮੁਕਾਬਲਾ ਜਿਹੜਾ ਦਿਖਾਈ ਦੇ ਰਿਹਾ ਹੈ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਹੀ ਦਿਖਾਈ ਦੇ ਰਿਹਾ ਹੈ ਬਾਕੀ ਤੁਸੀਂ ਇਸ ਹਲਕੇ ਦੇ ਨਾਲ ਜੇਕਰ ਸੰਬੰਧਿਤ ਹੋ ਤਾਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਕਿ ਤੁਸੀਂ ਕੀ ਸੋਚਦੇ ਹੋ ਕਿ ਇੱਥੇ ਮੁਕਾਬਲਾ ਕਿਹੜੀਆਂ ਪਾਰਟੀਆਂ ਦੇ ਦਰਮਿਆਨ ਹੈ।